ਮੇਰੇ ਤੋਂ ਬਿਲਕੁਲ ਸਾਜੇ ਹੱਥ ਬਣਾਰੀ ਦੀ ਟੀਮ ਦੇ ਤੋਂ ਪਹਿਲੀ ਬੜੀ ਸ਼ਰੀਫ ਮਾਲੋਪ੍ਰਿਆ ਗੋਚਰ ਪਰਿਵਾਰ ਦਾ ਇਹ ਖਿਡਾਰੀ ਹੈ। ਇੱਕ ਪਾਸੇ ਬਲਕਾਰ ਸਿੰਘ ਸਰਦਾਰ ਗੱਭਰੂ ਹੈ, ਚੌਲਾ ਪਿੰਡ ਹੈ, ਪਰ ਸਾਹਮਣੇ ਪ੍ਰੀਤ ਰਾਣੀਪੁਰੀਆ ਦੇ ਲਾਲੀ ਰਾਣੀਪੁਰੀਆ ਨੇ ਬੜੀ ਤਕੜੀ ਕਬੱਡੀ ਖੇਡੀ ਹੈ, ਉਸ ਸਰਕਤ ਦੇ ਵਿੱਚ ਆਏ ਹੈ ਔਰ ਸੱਤਵੇਂ ਪਾਤਸ਼ਾਹ ਜੀ ਦੀ ਚਾਚੋਂ ਪ੍ਰਾਪਤ ਧਰਤੀ ਹੈ। ਬਹੁਤ ਸਾਹਿਬ ਦੀ ਟੀਮ ਵੀ ਲੱਗ ਗਈ, ਅੱਜ ਬਾਬਾ ਬਰਾਸ਼ ਸਾਹਿਬ ਕਬੱਡੀ ਕਲੱਬ ਨਕੋਦਰ ਦੀ ਟੀਮ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ। ਲੋ ਸਾਹਮਣੇ ਚਵਿਆਰੇ ਪਿੰਡ ਵਾਲਾ ਰਵੀ, ਰਵੀ ਸੂਰਜ ਨੂੰ ਵੀ ਕਹਿੰਦੇ ਆ, ਤੇ ਰਵੀ ਆ ਚਵਿਆਰੇ ਪਿੰਡ ਵਾਲਾ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਨੰਬਰ ਵਾਪਸ ਪਰਤ ਗਿਆ। ਖੇਡ ਕਬੱਡੀ ਫੁਰਤੀ ਦੀ ਕੰਮ ਭਿੜਣਾ ਝੋਟੇ ਦਾ, ਖੇਡ ਕਬੱਡੀ ਫੁਰਤੀ ਦੀ ਕੰਮ ਭਿੜਣਾ ਝੋਟੇ ਦਾ, ਜੀ ਰਾਵੀ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ, ਤਾਂ ਤਾਂ ਉਸ ਤਰ੍ਹਾਂ ਦਾ ਵੇਲਾ ਵੇਲਾ ਨਹੀਂ ਬਿਮਾਰਾ ਦਾ। ਉਹ ਸਾਹਮਣੇ ਟੋਨੀ ਹਾਥੋਂ ਬਾਹਰ ਪਿੰਡਾ, ਕਦੇ ਸੇਠੀ ਨੇ ਕਨੇਡਾ ਦੇ ਵਿੱਚ ਖੇਡਿਆ ਹੈ ਤੇ ਕਦੇ ਰੂਪੀ ਦੀ ਵਿੱਚੋਂ ਗੱਲ USA ਦੇ ਵਿੱਚ ਹੁੰਦੀ ਹੈ। ਸਰਜੀ ਥਿਆਲਾ ਉਸ ਨਗਰ ਦਾ ਕਬੱਡੀ ਦਾ ਮਹਾਨ ਪ੍ਰਮੋਟਰ ਹੈ, ਜਿਸ ਨਗਰ ਦੇ ਲੋਕਾਂ ਨੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਨੰਬਰ ਦਾ ਵਾਅਦਾ ਕਰ ਲਿਆ। ਲੋ ਹਰਿੰਦਰ ਸ਼ਾਹ, ਕਦੇ ਸਾਹਮਣੇ ਵਾਲੇ ਦੀ ਗੱਲ ਹੁੰਦੀ ਹੈ, ਪਰ ਦੁੱਗਾ ਪਿੰਡ ਹੈ, ਬਵੇਲੀ ਦੇ ਬਿਲਕੁਲ ਲਾਗੇ ਨਗਰ ਦਾ ਵਸਿਆ ਹੋਇਆ ਪਿੰਡ ਹੈ, ਸੱਤਵੇਂ ਪਾਤਸ਼ਾਹ ਜੀਆਂ ਦੀ ਚਾਂਸ਼ੋ ਪ੍ਰਾਪਤ ਧਰਤੀ ਹੈ। 2200 ਘੋੜ ਸਵਾਰਾਂ ਦੇ ਨਾਲ ਲੰਬੇ ਦਿਨ ਤੱਕ ਉਸ ਨਗਰ ਦੇ ਵਿੱਚ ਸੱਤਵੇਂ ਪਾਤਸ਼ਾਹ ਜੀਆਂ ਨੇ ਰਹਿਮ ਸਿਆ ਕੀਤਾ ਗੁਰਦੁਆਰਾ ਚੌਥਾ ਸਾਹਿਬ ਦੇ ਵਿੱਚ ਤਕੜਾ ਕਬੱਡੀ ਟੂਰਨਾ। ਜੀਤੇ ਵਾਂਗੂ ਭਜਿਆ ਹੈ ਗੱਭਰੂ ਮੈਦਾਨ ਵਿੱਚ, ਹੇਕਾਂ ਤਾਰ ਗਈਆਂ ਨੇ ਤੂਫਾਨ ਖੜੇ ਕਰਨੇ, ਮਾਰ ਮਾਰ ਸ਼ਾਹ ਅੱਜ ਛੋੜਾ ਗਈਆਂ ਅੰਬਰਾਂ ਨੂੰ, ਹੈਪੀ ਦੋਨਵੇਂ ਸਰੀਰ ਦੇਖ ਨਸ਼ੇ ਅੱਜ ਚੜ੍ਹੇ। ਲੋ ਸਾਹਮਣੇ ਰਕੇਸ਼ੀ ਬਹੁਤ ਹੀ ਸੋਹਣਾ ਪਿਆਰਾ ਖਿਡਾਰੀ, ਟੱਕਰ ਦੀ ਪੂਰੀ ਕੋਸ਼ਿਸ਼ ਹੈ ਪਰ ਪੁਆਇੰਟ ਆ ਵੀ ਪੈਦਾ ਕੀਤੇ ਹੈ ਪਤਾਰੇ ਦੇ ਲਈ, ਨਹੀਂ ਨੰਬਰ ਜੋੜ ਸਕਿਆ। ਲੋ ਸਾਹਮਣੇ ਜੋਤੀ ਪਟਿਆਲਾ ਪਿੰਡ ਹੈ, ਗੱਜ ਚੌੜੀ ਛਾਤੀ ਧਾਵੀ ਚੱਲਾ ਇੱਕ ਵੱਡੀ ਪੌਣ ਲੋਕੋ, ਜੇ ਚਾਰ ਨੌਜਵਾਨ ਦੇਖੀਏ ਤੇ ਇੱਕੋ ਜਿਹੇ ਇਸ ਨੌਜਵਾਨ ਦੇ ਸਰੀਰ ਦੇ ਨਾਲ ਮਿਲਾਪ ਕਰੀਏ ਤੇ ਦੋ ਦੋ ਖਿਡਾਰੀ ਚੜ੍ਹਨਗੇ। ਲੋ ਸਾਹਮਣੇ ਡਬਲ ਟੱਚ ਦਾ ਇਸ਼ਾਰਾ ਹੁੰਦਾ ਜਾਂ ਨਹੀਂ ਹੁੰਦਾ, ਪਰ ਪੁਆਇੰਟ ਧਾਵੀ ਦੇ ਖਾਤੇ ਦੇ ਵਿੱਚ ਇੱਕ ਨੰਬਰ ਦਾ ਵਾਧਾ ਹੋ ਗਿਆ। ਜ਼ੋਰ ਲੱਗਦਾ ਪੱਟਾਂ ਦੇ ਡੌਲਿਆਂ ਦਾ, ਇੱਕ ਦੇ ਜ਼ੋਰ ਨਾਲ ਫੈਸਲੇ ਹੋਣ ਸਦਾ ਕੋਈ ਫਾਇਦਾ ਨਹੀਂ ਪਾਏ ਰੌਲਿਆਂ ਦਾ, ਹੱਥ ਫਕਰ ਫਕੀਰ ਦਾ ਜੇ ਸਿਰ ਉੱਤੇ ਹੱਥ ਕੋਈ ਨਹੀਂ ਵਜਨ ਦੇ ਹੌਲਿਆਂ ਦਾ, ਬਾਟੀ ਰੱਖਣਾ ਦਾ ਭੇਦ ਬਰਾਬਰ ਦੇ ਹੁਣ ਜਦੋਂ ਫਰਕ ਪੈਂਦਾ ਮਾਸਾ ਜਾਂ ਦੌਲਿਆਂ ਦਾ। ਹੁਣ ਇੱਕ ਪਾਸੇ ਬਲਕਾਰ ਜਵਾ ਪਿੰਡ ਵਾਲਾ, ਨਾਲੇ ਪ੍ਰੀਤ ਰਾਣੀ ਪੁਰੀਆ, ਨਾਲੇ ਟੋਨੀ, ਹਾਂਜੀ ਮੌ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਰਿਪੋਰਟ ਕਰ ਲਿਆ ਮੈਂ, ਨਕੋਦਰ ਦੀ ਟੀਮ ਗਰਾਊਂਡ ਦੇ ਵਿੱਚ ਆ, ਸਾਰੇ ਸਟਾਰ ਹੈ ਨੌਜਵਾਨ, ਜਦੋਂ ਖੇਡਾਂਗੇ ਫਿਰ ਮੈਂ ਨਾਮ ਦੱਸਾਂਗਾ। ਲੋ ਸਾਹਮਣੇ ਰਕੇਸ਼ੀ ਗਾਖਰ ਪਿੰਡ ਵਾਲਾ ਨਹੀਂ ਲੱਗ ਸਕਿਆ ਤੇ ਪੁਆਇੰਟ ਧਾਵੀ ਦੇ ਖਾਤੇ ਦੇ ਵਿੱਚ। ਤੇ ਮਾਉ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਰਿਪੋਰਟ ਕਰੇ, ਮਾਉ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਰਿਪੋਰਟ ਕਰੇ, ਮਾਉ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਰਿਪੋਰਟ ਕਰੇ। ਅਗਲਾ ਮੈਚ ਖੇਡਣ ਲਈ ਅਸੀਂ ਖੇਡੀਏ ਤਾਂ ਨਾਂ ਪਿੰਡ ਦਾ ਕਰੀਏ ਉੱਚਾ। ਲੋ ਸ਼ਰੀਫ ਮਾਲੋਪ੍ਰਿਆ ਲਵਲੀ ਯੂਨੀਵਰਸਿਟੀ ਦੇ ਬਿਲਕੁਲ ਲਾਗੇ ਵਸਿਆ ਹੋਇਆ ਪਿੰਡ ਹੈ ਮਾਲੋਪੁਰ, ਝੋਟਿਆਂ ਦੀ ਦੌੜ ਬੜੀ ਪ੍ਰਸਿੱਧ ਹੈ ਤੇ ਸਾਹਮਣੇ ਬਲਕਾਰ ਜਵਾ ਪਿੰਡ ਗੁਰੈਣ ਦੇ ਬਿਲਕੁਲ ਲਾਗੇ ਬੜੇ ਪਿੰਡ ਦੇ ਮੱਥੇ ਦੇ ਨਾਲ ਵਸਿਆ ਹੋਇਆ ਪਿੰਡ ਹੈ। ਆਹ ਰੋਜ਼ਾਨਾ ਤੀਰ ਤੇ ਬਲਕਾਰ ਦੋਵੇਂ ਨੇ ਤਕੜੀ ਕਬੱਡੀ ਖੇਡੀ ਹੈ ਚਮਿਆਰੇ, ਕਹਿੰਦੇ ਹੈਪੀ ਦੀ ਗੱਲ ਹੁੰਦੀ ਹੈ ਉਸੇ ਧਰਤੀ ਦਾ ਰਵੀ ਰਵੀ ਸੂਰਜ ਨੂੰ ਵੀ ਕਹਿੰਦੇ ਹੈ, ਬਹੁਤ ਹੀ ਠਾਬੇ ਦੇ ਨਾਲ ਖੇਡਦਾ ਹੈ। ਸੱਤ ਸਮੁੰਦਰੋਂ ਪਾਰ ਦੀ ਵਿਰਸੇ ਦੀ ਗੱਲ ਕਰ ਲਵੋ, ਪਹਿਲਾਂ ਗੱਲ ਚੱਲੇ ਪੰਜਾਬ ਪਾਣੀਆਂ ਜੀ, ਹੀ ਰਾਜਾ ਵਾਰਿਸ਼ ਸ਼ਾਹ ਪੱਲੋ ਜਗ ਤੇ ਸਦਾ ਲਈ ਅਮਰ ਕਹਾਣੀਆਂ ਜੀ, ਰਾਣੀ ਝਾਂਸੀ ਮਾਂ ਭਾਗੋ ਯਾਦ ਕਰ ਲਵੋ, ਦਰਬਾਰਾ ਅੱਗੇ ਵੀ ਹਿੱਕਾਂ ਤਾਲੀਆਂ ਜੀ, ਉਦੋਂ ਭਗਤ ਸਿੰਘ ਸਰਾਭੇ ਨੂੰ ਭਾਵੇਂ ਯਾਦ ਕਰ ਲਵੋ, ਬਾਬਾ ਦੂਰ ਹੋ ਜਾਣ ਪਹਿਚਾਣੀਆਂ ਜੀ। ਬਈ ਮੌਤ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਰਿਪੋਰਟ ਕਰੇ, ਮੌਤ ਸਾਹਿਬ ਜਾਂ ਮੌਤ ਸਾਹਿਬ ਜੋ ਵੀ ਖਾਇਆ ਹੈ ਟੀਮ ਗਰਾਊਂਡ ਦੇ ਵਿੱਚ ਰਿਪੋਰਟ ਕਰੇ। ਬਾਬਾ ਬਰਾਸ਼ਾ ਕਬੱਡੀ ਕਲੱਬ ਨਕੋਦਰ ਦੀ ਟੀਮ ਗਰਾਊਂਡ ਦੇ ਵਿੱਚ ਹੈ, ਬਾਬਾ ਬਰਾਸ਼ਾ ਕਬੱਡੀ ਕਲੱਬ ਨਕੋਦਰ ਦੀ ਟੀਮ ਗਰਾਊਂਡ ਦੇ ਵਿੱਚ ਹੈ ਤੇ ਮੌਤ ਸਾਹਿਬ ਦੀ ਟੀਮ ਜਿਹੜੀ ਹੈ ਗਰਾਊਂਡ ਦੇ ਵਿੱਚ ਹੈ, ਕਿਰਪਾ ਕਰਕੇ ਰਿਪੋਰਟ ਕਰੋ। ਲੈ ਜਾ ਬਾਬਾ ਬਰਾਸ਼ਾ ਕਬੱਡੀ ਕਲੱਬ ਨਕੋਦਰ ਦੀ ਟੀਮ ਨੂੰ ਜੇਤੂ ਕਰਾਰ ਦੇ ਦਿੱਤਾ ਜਾਊਗਾ।
ਬਈ ਆ ਜਿਹੜੀ ਇੱਕੋ ਹੀ ਟੀਮ ਪ੍ਰਬੰਧਕ ਕਹਿੰਦੇ ਕਿ ਅਸੀਂ ਬੇਨਤੀ ਕਰਕੇ ਇੰਟਰਪ੍ਰਾਈਆ ਦੁਆਰਾ ਕਿਉਂਕਿ ਬਾਦਸ਼ਾਹ ਦੀ ਜਿਹੜੀ ਟੀਮ ਕੱਟੀ ਗਈ ਸੀ ਬਾਅਦ ਦੇ ਵਿੱਚ ਜਿਹੜੀ ਟੀਮ ਕੋਈ ਲੇਟ ਹੋ ਗਈ ਉਹਦੀ ਬੇਨਤੀ ਨਹੀਂ ਸਵੀਕਾਰ ਕੀਤੀ ਜਾਊਗੀ ਘੁਮਾਉਣਾ ਆਪਣੇ ਜ਼ੋਰ ਦਾ ਹੈ ਅਕਸਰ ਘੱਟ ਹੀ ਵੱਧਦਾ ਹੈ ਜਿਹੜਾ ਬੱਦਲ ਜ਼ਿਆਦਾ ਖੋਲਦਾ ਹੈ ਜਾਨਵਰਾਂ ਵਿੱਚ ਸ਼ੇਰ ਸਰਤਾਜ ਹੁੰਦਾ ਪੰਛੀ ਹੁੰਦਾ ਹੈ ਤੇ ਮੌਸਮ ਦੀ ਟੀਮ ਗਰਾਊਂਡ ਦੇ ਵਿੱਚ ਨਹੀਂ ਪੁੱਜੀ ਤੇ ਕੱਟੀ ਜਾਊਗੀ ਚੌਥੇ ਮੈਚ ਦੇ ਲਈ ਅੰਮ੍ਰਿਤਸਰ ਦੇ ਦੁਆਬਾ ਸਪੋਰਟਸ ਕਲੱਬ ਨਿਊਜ਼ੀਲੈਂਡ ਸੁਖਾ ਕੁਕਸ਼ੋਰ ਟੀਮ ਦਾ ਸਵਾਗਤ ਕਰਦੇ ਹੈ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਜਿਹੜੀ ਹੈ ਸੁਖੇ ਦੀ ਤਿਆਰ ਕੀਤੀ ਹੋਈ ਹੈ ਖੇਡੇਗੀ ਅੰਮ੍ਰਿਤਸਰ ਦੇ ਨਾਲ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਫੋਕਸ ਹੈ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਅਗਲਾ ਮੈਚ ਖੇਡਣ ਦੇ ਲਈ ਰਿਪੋਰਟ ਕਰਦੇ ਹਨ ਅਗਲਾ ਮੈਚ ਖੇਡਣ ਵਾਲੇ ਦੋਨੇ ਟੀਮਾਂ ਕਿਉਂਕਿ ਬਾਬਾ ਪਰਾਸ਼ਾ ਕਬੱਡੀ ਕਲੱਬ ਨਕੋਦਰ ਦੀ ਟੀਮ ਗਰਾਊਂਡ ਦੇ ਵਿੱਚ ਹੈ ਤੇ ਮੌਸਮ ਦੀ ਟੀਮ ਨੂੰ ਲਾਸਟ ਕਾਲ ਹੈ ਉਸ ਤੋਂ ਅਗਲੀਆਂ ਦੋਨੇ ਟੀਮਾਂ ਅੰਮ੍ਰਿਤਸਰ ਤੇ ਦੁਆਬਾ ਸਪੋਰਟਸ ਕਲੱਬ ਨਿਊਜ਼ੀਲੈਂਡ ਇਹ ਟੀਮਾਂ ਗਰਾਊਂਡ ਦੇ ਲਾਗੇ ਆ ਜਾ ਲਓ ਸ਼ਰੀਫ ਮਾਧੋਪੁਰੀ ਹੈ ਇੱਕ ਪਾਸੇ ਬਲਕਾਰ ਨਾਲ ਬਰੂਕ ਅਲੀ ਗੋਦਰ ਪਰਿਵਾਰ ਦਾ ਖਿਡਾਰੀ ਹੈ ਤੇ ਸਾਹਮਣੇ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਰਕੇਸ਼ੀ ਗਾਖਲਾ ਦੀ ਧਰਤੀ ਦਾ ਬਹੁਤ ਹੀ ਸੋਹਣਾ ਸੱਤਰ ਕਿਲੋ ਭਾਰ ਲੋਕ ਦੇ ਵਿੱਚ ਖੇਡਿਆ ਕਨੇਡਾ ਤੇ ਲੋਕ ਉਹਨਾਂ ਦੇ ਉੱਪਰ ਚਰਚਾ ਹੋਈ ਲਾਭ ਰੱਖਣਾ ਜੱਫਾ ਇੱਕ ਨੰਬਰ ਦਾ ਵਾਧਾ ਆਪਣੀ ਟੀਮ ਨੇ ਕਰ ਲਿਆ ਤੇ ਸਾਹਮਣੇ ਰਵੀ ਚਮਿਆਰੇ ਪਿੰਡ ਵਾਲਾ ਕਦੇ ਹੈਪੀ ਚਮਿਆਰੇ ਦੀ ਗੱਲ ਹੈ ਕਦੇ ਤੋਨੇ ਚਮਿਆਰੇ ਦੀ ਗੱਲ ਹੁੰਦੀ ਹੈ ਕਦੇ ਛੋਲੀ ਤੇ ਦਰਾਰੀ ਦੀਆਂ ਗੱਲਾਂ ਹੁੰਦੀਆਂ ਚਮਿਆਰੇ ਵਾਲਿਆਂ ਦੀਆਂ ਉਸੇ ਧਰਤੀ ਦਾ ਨੌਜਵਾਨ ਹੈ ਕਬੱਡੀ ਦਾ ਇਤਿਹਾਸ ਹੈ ਗਿਆ ਤੇ ਆ ਗਿਆ ਪ੍ਰੀਤਾ ਆਇਆ ਪ੍ਰੀਤਾ ਲੱਗੇ ਕੋਈ ਟੋਹ ਨਾ ਕਬੱਡੀ ਦੇ ਕਪੂਰਥਲਾ ਚੀਜ਼ਾਂ ਕੋਈ ਡੋਹ ਨਾ ਲੋ ਸਮੇਂ ਗਿੱਧਿਆਂ ਨੂੰ ਚੋਕਣਾ ਹੋਇਆ ਮਾੜੀ ਮੋਟੀ ਨੀ ਹੈ ਲੋ ਸਟਾਰ ਨੌਜਵਾਨਾਂ ਦੀ ਬਾਣੀ ਹੋਈ ਗੌਂਦ ਮੰਦੀ ਦੇ ਵਿੱਚ ਲੋ ਆਇਆ ਬਲਕਾਰ ਜੋੜਾ ਪਿੰਡ ਵਾਲਾ ਸਰਦਾਰ ਰਮਨ ਸਿੰਘ ਨੂੰ ਮਾਣ ਹੈ ਇਸ ਸਵਾਲਾਂ ਦੇ ਉੱਪਰ ਮਨਪ੍ਰੀਤ ਉੱਥੇ ਜਸਵੰਤ ਭਾਜੀ ਬਹੁਤ ਹੀ ਸੋਹਣੀਆਂ ਸੇਵਾਵਾਂ ਦਿੰਦੇ ਹੈ ਤੇ ਸਰਦਾਰ ਜਸਵੀਰ ਸਿੰਘ ਜੀ ਔਜਲਾ ਸਾਹਿਬ ਮੁੱਖ ਸਟੇਜ ਤੇ ਬਿਰਾਜਮਾਨ ਹੈ ਜਸਵੀਰ ਸਿੰਘ ਜੀ ਯਸ਼ ਨਾਲ ਪਰਮਿੰਦਰ ਸਿੰਘ ਜੀ ਹਰੀ ਸਿੰਘ ਜੀ ਖਾਲਸਾ ਜੀ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਸ਼ਾਨਦਾਰ ਸੇਵਾਵਾਂ ਇਹਨਾਂ ਨੌਜਵਾਨਾਂ ਦੀਆਂ ਇਹਨਾਂ ਸਾਰੇ ਨੌਜਵਾਨ ਸਾਥੀਆਂ ਦਾ ਦਾਸ ਬਲਜਿੰਦਰ ਘੁੰਮਣ ਰਿਹੜੀ ਹੈ ਤੇ ਸਾਹਮਣੇ ਨੌਜਵਾਨ ਟੋਲੀ ਹੱਥੋਂ ਆ ਰਿਹਾ ਸਾਂਝੀ ਫਿਆਰਾ ਆਉਣ ਵਾਲੇ ਸਮੇਂ ਦਾ ਸਟਾਰ ਹੋਵੇਗਾ ਨਵਾਂ ਇਹ ਨੌਜਵਾਨ ਕਬੱਡੀ ਦੇ ਨਾਲ ਜੁੜਿਆ ਮੌਸਮ ਥੋੜਾ ਥੋੜਾ ਠੰਡਾ ਹੋ ਗਿਆ ਮਹਾਂਪੁਰਸ਼ਾਂ ਨੇ ਸੁਣ ਲਿਆ ਹੈ ਤੇ ਮੌਸਮ ਥੋੜਾ ਥੋੜਾ ਠੰਡਾ ਹੋ ਗਿਆ ਹੈ ਤੇ ਪਾਣੀ ਜਿਹੜਾ ਹੈ ਨਵਾਂ ਦਾ ਹੋ ਗਿਆ ਲਓ ਅਗਲੀ ਕਬੱਡੀ ਪਹੁੰਚ ਰਹੀ ਇੱਕ ਪਾਸੇ ਭਾਂਡ ਬੜੇ ਪਿੰਡੀ ਹੈ ਬੜੇ ਪਿੰਡੀ ਧਰਤੀ ਦਾ ਭਾਂਡ ਲਓ ਹੁਣ ਕਿਹੋ ਜਿਹਾ ਕਮਾਲ ਕਰਦਾ ਚੌਹਾਂ ਦੇ ਵਿੱਚੋਂ ਕਿਹਨੂੰ ਟੱਚ ਮਾਰਦਾ ਹੈ ਕਿਹੋ ਜਿਹਾ ਲਓ ਸਮੇਂ ਆਇਆ ਭਾਂਡ ਬੜੇ ਪਿੰਡੀ ਹੈ ਪਿਆਰ ਦੇ ਨਾਲ ਭਾਂਡ ਕਹਿੰਦੇ ਆ ਤੇ ਬਟਾਲੇ ਦੇ ਕਬੱਡੀ ਟੂਰਨਾਮੈਂਟ ਦੇ ਵਿੱਚ ਸੱਜਿਆਂ ਦੇ ਟੌਪਰ ਖੇਡਣਗੇ ਅਬੂ ਸਾਹਿਬ ਭਾਈ ਬਾਹਰ ਖੜੀ ਕਰ ਜਾਂਦਾ ਕਕਰਾਲੇ ਵਾਲਾ ਦੁਨੀਆਂ ਦਾ ਮਹਾਨ ਖਿਡਾਰੀ ਹੈ ਤਾਰੀ ਮਾਰਦੇ ਸਾਬਾਂ ਦੇ ਲਈ ਕਿਉਂਕਿ ਸਤਾਰਾਂ ਦੇ ਵਿੱਚ ਨਾਮ ਐਵੇਂ ਨਹੀਂ ਕਕਰਾਲੇ ਪਿੰਡ ਦਾ ਆਉਂਦਾ ਦੁਨੀਆਂ ਦੇ ਟੌਪਰ ਖਿਡਾਰੀ ਪੁੱਜੇ ਹੈ ਜੀ ਆਇਆ ਮੇਰਾ ਸਾਰੇ ਖਿਡਾਰੀ ਕਬੱਡੀ ਖਿਡਾ ਦੀ ਕਿੱਦਾਂ ਦੱਸ ਦੇ ਮੁਕਾਬਲੇ ਜਿਹੜੀ ਆ 16 ਅੰਕ ਦੇ ਨਾਲ ਜਿੱਤ ਰਹੀ ਹੈ 10.5 ਤੇ 10।